ਸੜਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਸ਼੍ਰੋਮਣੀ ਕਮੇਟੀ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫਿਰ ਤੋਂ ਯਾਨੀ ਕਿ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਬੀਬੀ ਜ਼ਗੀਰ ਕੌਰ ਇੱਕ ਵਾਰ ਫਿਰ ਹਾਰ ਗਈ ਆ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫਿਰ ਪ੍ਰਧਾਨ ਬਣ ਗਏ ਆ ਦੋਵਾਂ ਦੇ ਵਿੱਚ ਹਰਮਨ ਜੀ ਮੁਕਾਬਲਾ ਚੌਥੀ ਚੌਥੀ ਵਾਰ ਸੀ ਯਾਨੀ ਕਿ ਚੌਥੀ ਵਾਰ ਚੋਣ ਲੜੀ ਧਾਮੀ ਹੋਰਾਂ ਨੇ ਚੌਥੀ ਵਾਰ ਚੋਣ ਲੜੀ ਸ਼੍ਰੋਮਣੀ ਕਮੇਟੀ ਦੀ ਬੀਬੀ ਜਗੀਰ ਕੌਰ ਹੋਰਾਂ ਨੇ ਪਰ ਬੀਬੀ ਜਗੀਰ ਕੌਰ ਹਾਰ ਗਏ ਤੇ ਧਾਮੀ ਹੋਰੀ ਜਿੱਤ ਗਏ ਆ ਵੋਟਾਂ ਦਾ ਫਰਕ ਬਹੁਤ ਆ ਮੈਨੂੰ ਲੱਗਦਾ ਸੀ ਵੀ ਅੱਧੋ-ਬੱਧ ਦਾ ਫਰਕ ਚਲੋ ਰਹਿ ਜਾਊਗਾ ਜਾਂ ਮੰਨ ਲਓ ਉਹਨਾਂ ਨੂੰ 50 ਪੈਣੀਆਂ ਉਹਨਾਂ ਨੂੰ 100 ਪੈਣੀਆਂ ਉਹਨਾਂ ਨੂੰ 60 ਪੈਣੀਆਂ ਉਹਨਾਂ ਨੂੰ 120 ਪੈਣੀਆਂ ਕੁਝ ਇਦਾਂ ਦੀ ਗੱਲ ਹੋਊਗੀ ਪਰ ਇਹ ਤਾਂ ਬੀਬੀ ਜਗੀਰ ਕੌਰ ਨੂੰ ਬੇਹੱਦ ਘੱਟ ਵੋਟਾਂ ਪਈਆਂ 33 ਵੋਟਾਂ ਕੁੱਲ ਪਈਆਂ ਬੀਬੀ ਜਗੀਰ ਕੌਰ ਨੂੰ 107 ਵੋਟਾਂ ਪਈਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 2 ਵੋਟਾਂ ਰੱਦ ਹੋ ਗਈਆਂ ਕੁੱਲ 141 ਵੋਟਾਂ ਪੋਲ ਹੋਈਆਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲਾਂ ਮੈਂਬਰਾਂ ਦੀ ਗਿਣਤੀ ਬਹੁਤ ਹੁੰਦੀ ਸੀ ਫਿਰ ਹਰਿਆਣੇ ਵਾਲੀ ਕਮੇਟੀ ਅੱਡ ਹੋ ਗਈ ਉਸ ਦੇ ਲਵਾ ਫਿਰ ਕੁਝ ਜਿਹੜੇ ਮੈਂਬਰਾਂ ਦੀ ਮੌਤ ਵੀ ਹੋ ਗਈ ਸੋ ਇਸ ਕਰਕੇ ਗੱਲ ਇਹ ਏ ਜੀ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 141 ਵੋਟਾਂ ਪੋਲ ਹੋਈਆਂ 107 ਧਾਮੀ ਹੋਰੀ ਨੂੰ ਪਈਆਂ ਬੀਬੀ ਜੀ ਨੂੰ ਪਈਆਂ 33 ਵੋਟਾਂ ਤੇ ਜਿਹਦੇ ਕਰਕੇ ਭਾਈ ਇਹ ਇੱਕ ਪਾਸੜ ਮੁਕਾਬਲਾ ਸੀ ਇੱਕ ਪਾਸੜ ਤੌਰ ਦੇ ਉਤੇ ਜਿੱਤ ਗਿਆ ਐਡਵੋਕੇਟ ਧਾਮੀ ਹੋਰੀ ਹੁਣ ਬੀਬੀ ਜ਼ਗੀਰ ਕੋਰ ਹੋਰਾਂ ਨੇ ਹੌਸਲੇ ਨੂੰ ਤਾਂ ਸੱਟ ਵੱਜੀ ਆ ਇਹਦੇ ਵਿੱਚ ਕੋਈ ਦੋਰਾ ਨਹੀਂ ਅਕਾਲੀ ਦਲ ਸੁਧਾਰ ਲਹਿਰ ਨੇ ਹੌਸਲੇ ਨੂੰ ਸੱਟ ਵੱਜੀ ਆ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹਨੇ ਇਹ ਗੱਲ ਕਹਿਣੀ ਸ਼ੁਰੂ ਕੀਤੀ ਹੈ ਜਦੋਂ ਹੁਣ ਧਾਮੀ ਹੋਰੀ ਕਰ ਜਿੱਤੇ ਆ ਉਹਨਾਂ ਨੇ ਕਿਹਾ ਜੀ ਕਿ ਬੀਜੇਪੀ ਆਰਐਸਐਸ ਆਮ ਆਦਮੀ ਪਾਰਟੀ ਤੇ ਕਾਂਗਰਸ ਸਾਰੀਆਂ ਸਿਆਸੀ ਧਿਰਾਂ ਨੇ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਏ ਚੋਣ ਦੇ ਵਿੱਚ ਪ੍ਰਧਾਨ ਦੀ ਚੋਣ ਦੇ ਵਿੱਚ ਦਖਲ ਦਿੱਤਾ ਉਹ ਚਾਹੁੰਦੇ ਸੀ ਕਿ ਅਸੀਂ ਆਪਣੀਆਂ ਮਨ ਆਈਆਂ ਕਰੇ ਪਰ ਸੂਝਵਾਨ ਸ਼੍ਰੋਮਣੀ ਕਦਮਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਲੋਕਾਂ ਨੂੰ ਇੱਕ ਪੇਛਣੀ ਚੱਲਣ ਨਹੀਂ ਦਿੱਤੀ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਲੋੜ ਆ ਕਿ ਸਾਡੇ ਧਰਮ ਕਰਮ ਦੇ ਆਧਾਰਿਆਂ ਤੋਂ ਇਹ ਲੋਕ ਦੂਰ ਰਹਿਣ ਸੋ ਬੀਬੀ ਜ਼ਗੀਰਕੌਰ ਇਸ ਵੇਲੇ ਉਦਾਸੀ ਦੇ ਵਿੱਚ ਹੋਣਗੇ ਤੇ ਧਾਮੀ ਹੋਰਾਂ ਨੂੰ ਵਧਾਈਆਂ ਮਿਲ ਰਹੀਆਂ ਇਹ ਜਾਣਕਾਰੀਆਂ ਜੀ ਜੀ ਪਟਨਾ ਸਾਹਿਬ ਬੀਬੀ ਜੀ ਨੇ ਇੱਕ ਬੜਾ ਕੋੜਾ ਬਿਆਨ ਵੀ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਭੁੰਦੜ ਹੋਰਾਂ ਨੇ ਕਹਿੰਦੇ ਬੀਬੀ ਜ਼ਗੀਰਕੌਰ ਦੇ ਕੋੜੇ ਬਿਆਨ ਦਾ ਜਵਾਬ ਦਿੱਤਾ ਹੈ ਜੀ ਕਿਹੜਾ ਬਿਆਨ ਹੈ ਤੇ ਕੀ ਜਵਾਬ ਆਇਆ ਦੇਖੋ ਜੀ ਬੀਬੀ ਜ਼ਗੀਰਕੌਰਾਂ ਜਿਹੜੇ ਜਦੋਂ ਹਾਰ ਗਏ ਤੇ ਉਸ ਤੋਂ ਬਾਅਦ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਕੀ ਕਹਿਣਾ ਚਾਹੋਗੇ ਉਹਨਾਂ ਨੇ ਗੱਲ ਕਹੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀਆਂ ਜ਼ਮੀਰਾਂ ਮਰ ਗਈਆਂ ਇਹ ਲਾਸ਼ਾਂ ਬਣ ਗਏ ਇਸ ਵੇਲੇ ਹੋਰ ਕੁਝ ਵੀ ਨਹੀਂ ਆ ਮੈਨੂੰ ਇਹ ਗੱਲ ਕਹਿੰਦੇ ਸੀ ਕਿ ਭਾਈ ਏਜੰਸੀਆਂ ਇਹਦੇ ਪਿੱਛੇ ਖੜੀਆਂ ਤੇ ਇਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਖਰੀਦਣ ਦਾ ਕੰਮ ਕਰ ਰਹੀ ਆ ਜਦ ਕਿ ਅੱਜ ਵੋਟਾਂ ਮੈਨੂੰ 33 ਪਈਆਂ ਇਹਦਾ ਮਤਲਬ ਬੰਦੇ ਇਹਨਾਂ ਨੇ ਖਰੀਦੇ ਆ ਏਜੰਸੀਆਂ ਦਾ ਮਤਲਬ ਇਹਨਾਂ ਦੇ ਮਗਰਸੀਗਾਂ ਉਹਨਾਂ ਨੇ ਕਹਿ ਜੀ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੁਬਾਰਾ ਹੋਣੀ ਚਾਹੀਦੀ ਆ ਸ਼੍ਰੋਮਣੀ ਕਮੇਟੀ ਚੋਣ 2011 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਕਦੇ ਹੋਈ ਨਹੀਂ ਉਹਨਾਂ ਨੇ ਕਿਹਾ ਜੀ ਕਿ ਇਹ ਚੋਣ ਜੇ ਦੁਬਾਰਾ ਹੋਊਗੀ ਤਾਂ ਚੰਗੇ ਕਰਤਾਰ ਵਾਲੇ ਲੋਕ ਸਾਹਮਣੇ ਆਉਣਗੇ ਨਹੀਂ ਤਾਂ ਹਾਲ ਮਾੜਾ ਹੀ ਰਹਿਣਾ ਇਸੇ ਤਰੀਕੇ ਦੇ ਹਾਲਾਤ ਬਣੇ ਰਹਿਣੇ ਆ ਸੋ ਬੀਬੀ ਜਗੀਰ ਕੌਰ ਕਲਪੇ ਆ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਸਾਰਾ ਕੁਝ ਇੱਥੇ ਠੀਕ ਨਹੀਂ ਹੋਇਆਗਾ ਤੇ ਇਹ ਤਾਂ ਮਰੀਆਂ ਜ਼ਮੀਰਾਂ ਵਾਲੇ ਤੇ ਲਾਸ਼ਾਂ ਵਰਗੇ ਲੋਕ ਹੈਗੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਇਸ ਗੱਲ ਦੇ ਉੱਤੇ ਭੂਦੜ ਹੋਰੀ ਜਿਹੜੇ ਕਿ ਬਲਵਿੰਦਰ ਸਿੰਘ ਭੂਨੜਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਉਹ ਕਲਪੇ ਆ ਉਹਨਾਂ ਨੇ ਕਿਹਾ ਜਿਕੇ ਬੀਬੀ ਜਗੀਰਕੌਰ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਇਹੋ ਜਿਹੇ ਸ਼ਬਦ ਮੂੰਹ ਦੇ ਵਿੱਚੋਂ ਕੱਢਣੇ ਨਹੀਂ ਚਾਹੀਦੇ ਜਿਹੋ ਜੀਆਂ ਗੱਲਾਂ ਉਹ ਕਰ ਰਹੇ ਆ ਇਹ ਨਹੀਂ ਕਹਿਣੀਆਂ ਚਾਹੀਦੀਆਂ ਜ਼ਮੀਰਾਂ ਜਿਉਂਦੀਆਂ ਸੀ ਤਾਂ ਉਹ ਤਾਂ ਉਹਨਾਂ ਨੇ ਆਵਾਜ਼ ਸੁਣ ਕੇ ਜ਼ਮੀਰਾਂ ਦੀ ਫੇਰ ਐਡਵੋਕੇਟ ਧਾਮੀ ਹੋਰਾਂ ਨੂੰ ਵੋਟਾਂ ਪਾਈਆਂ ਤੇ ਉਹਨਾਂ ਨੂੰ ਇਹ ਕੁਝ ਨਹੀਂ ਕਹਿਣਾ ਚਾਹੀਦਾ ਜੀ ਜੀ ਬਿਲਕੁਲ ਤਾਨਾ ਸਾਹਿਬ ਅੱਗੇ ਵੱਧਦੇ ਆਂ ਜੀ ਗੱਲ ਕਰਦੇ ਆਂ ਹੁਣ ਜਿਮਨੀ ਚੋਣ ਦੇ ਬਾਰੇ ਵਿੱਚ ਕਹਿੰਦੇ ਕਿ ਟੋਟਲ ਹੁਣ ਤੱਕ 60 ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨੇ ਔਰ ਗਿੱਦੜ ਬਾਹ ਤੋਂ ਹੀ 20 ਜਣਿਆਂ ਨੇ ਕਾਗਜ਼ ਦਾਖਲ ਕੀਤੇ ਨੇ ਬਿਲਕੁਲ ਜੀ ਦੇਖੋ ਇਤਕੀ ਨਾ ਪੰਜਾਬ ਦੇ ਲੋਕਾਂ ਨੂੰ ਗਿੱਦੜ ਬਾਹ ਤੋਂ ਚੋਣ ਲੜਨ ਦਾ ਚਾਹ ਬਹੁਤ ਆ ਵੈਸੇ ਤਾਂ ਕੋਈ ਵੀ ਚੋਣ ਹੋਵੇ ਪੰਜਾਬਗਾਂ ਨੂੰ ਚਾਹ ਚੜਾ ਹੀ ਰਹਿੰਦਾ ਪੰਚਾਇਤੀ ਚੋਣ ਹੋਵੇ ਤਾਂ ਚਾਹ ਚੜਾ ਹੀ ਰਹਿੰਦਾ ਨਗਰ ਦਿੰਗ ਦਿੰਗਾ ਚੋਣਾਂ ਹੋਣੀਆਂ ਪੰਜਾਬ ਸਰਕਾਰ ਉਹਦੇ ਲਈ ਤਿਆਰੀ ਹੁਣ ਕਰੀ ਜਾਂਦੀ ਹੈ ਜਿਕੇ ਉਹਦੇ ਲਈ ਵੀ ਚਾਹ ਪੂਰਾ ਹੋਣਾ ਤੇ ਆਹ ਜਿਹੜੀਆਂ 13 ਨਵੰਬਰ ਵਾਸਤੇ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਹੋਣਗੀਆਂ ਜਿਹਦਾ ਨਤੀਜੇ ਉਹਨੇ 23 ਨਵੰਬਰ ਨੂੰ ਉਹਦੇ ਵਾਸਤੇ ਵੀ ਪੰਜਾਬੀਆਂ ਨੂੰ ਬੜਾ ਹੀ ਚਾੜ੍ਹਿਆ ਪਿਆ 60 ਉਮੀਦਵਾਰ ਕੁੱਲ ਮੈਦਾਨ ਦੇ ਵਿੱਚ ਹੈ ਜੀ 60 ਉਮੀਦਵਾਰ 4ਾਂ ਸੀਟਾਂ ਤੋਂ ਮਤਲਬ ਔਸਤਨ ਇੱਕ ਥਾਂ ਤੋਂ 15 15 ਚੌਕੀ 60 ਤੇ 20 ਜਣੇ ਇਕੱਲੇ ਗਿੱਦੜਬਾਹ ਤੋਂ ਕਿਤੇ 18 ਕਿਤੇ 14 ਕਿਤੇ 8 ਐਉਂ ਪਰ ਸਭ ਤੋਂ ਬੂਰੇ ਗਿੱਦੜਬਾਹ ਗਿੱਦੜਬਾਹ ਦੇ ਵਿੱਚ ਮੁਕਾਬਲਾ ਗਹਿ ਗੱਜ ਹੋ ਰਿਹਾ ਦੂਜੇ ਨੰਬਰ ਦੇ ਉੱਤੇ ਬਰਨਾਲਾ ਤੀਜੇ ਚੌਥੇ ਨੰਬਰ ਦੇ ਉੱਤੇ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਸੋ ਵੇਨੇ ਕੌਣ ਕਿੱਥੋਂ ਜਿੱਤਣਾ ਪਰ ਕੱਲ ਨੂੰ ਯਾਨੀ ਕਿ 30 ਤਰੀਕ ਨੂੰ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਕਾਗਜ਼ ਵਾਪਸ ਲੈਣੇ ਤੇ ਉਹ ਕਾਗਜ਼ ਵਾਪਸ ਲੈ ਸਕਦੇ ਆ ਕੱਲ ਨੂੰ ਯਾਨੀ ਕਿ 30 ਅਕਤੂਬਰ ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਹੈ ਕੱਲ ਨੂੰ ਆਥਨ ਤੱਕ ਪਤਾ ਲੱਗੂਗਾ ਵੀ ਹੁਣ ਕਿੰਨੇ ਮੈਦਾਨ ਦੇ ਵਿੱਚ ਰਹਿ ਗਏ ਉਮੀਦਵਾਰ ਕਈਆਂ ਦੇ ਕਾਗਜ਼ ਰੱਦ ਹੋ ਜਾਂਦੇ ਆ ਕਈ ਕਾਗਜ਼ ਵਾਪਸ ਲੈ ਲੈਂਦੇ ਆ ਕੋਈ ਕਈ ਖੜਦੇ ਹੀ ਬਹਿਣ ਵਾਸਤੇ ਹੁੰਦੇ ਆ ਸੋ ਵੇਨੇ ਭਾਈ ਕੱਲ ਨੂੰ ਕਿੰਨੀ ਗਿਣਤੀ ਰਹਿ ਜਾਂਦੀ ਪਰ ਗਿੱਦੜਬਾਹ ਦੇ ਵਿੱਚ ਜਗਮੀਤ ਸਿੰਘ ਬਰਾੜ ਜਿਹੜੇ ਉਹ ਵੀ ਆਜ਼ਾਦ ਤੌਰ ਤੇ ਟੱਕਰ ਦੇ ਰਹੇ ਆ ਉਧਰ ਜਿਹੜਾ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤ ਜਿਹੜਾ ਸੁਖਰਾਜ ਸਿੰਘ ਨਿਆਮੀ ਵਾਲਾ ਉਹ ਵੀ ਮੁਕਾਬਲੇ ਦੇ ਵਿੱਚ ਆ ਅੰਮ੍ਰਿਤਸਰ ਅਕਾਲੀ ਦਲ ਦੇ ਵੱਲੋਂ ਤੇ ਉੱਥੇ ਬੜੇ ਆਜ਼ਾਦ ਹੋਰ ਵੀ ਆ ਸੋ ਕਹਿਣ ਦਾ ਭਾਵ ਇਹ ਜੀ ਕਿ 5-7 ਜਣੇ ਤਾਂ ਵੱਖ-ਵੱਖ ਪਾਰਟੀਆਂ ਦੇ ਆ ਤੇ ਬਾਕੀ ਸਾਰੇ ਆਜ਼ਾਦ ਆ ਉੱਥੇ ਜੀ ਜੀ ਬਿਲਕੁਲ ਤਿਆਨ ਸਾਹਿਬ ਉਧਰ ਸ਼੍ਰੋਮਣੀ ਅਕਾਲੀ ਦਲ ਚਾਹੇ ਉਹਨਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਇਹਨਾਂ ਚੋਣਾਂ ਦਾ ਪਰ ਫਿਰ ਵੀ ਅਕਾਲੀ ਦਲ ਦੇ ਨਾਲ ਸਬੰਧਤ ਪੰਜ ਆਗੂ ਕਹਿੰਦੇ ਉਮੀਦਵਾਰ ਬਣੇ ਹੋਏ ਨੇ ਜੀ हां बिल्कुल जी ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਾਂ ਬਾਈਕਾਟ ਕੀਤਾ ਗਿਆ ਪਰ ਇਸ ਬਾਈਕਾਟ ਦੇ باوجود ਆਪਾਂ ਜਾਣਦੇ ਜੀ ਕਿ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਐਤਕੀ ਅਕਾਲੀ ਦਲ ਦੇ ਉਮੀਦਵਾਰ ਹਿੱਸਾ ਲੈ ਰਹੇ ਚੋਣਾਂ ਦੇ ਵਿੱਚ ਤੁਸੀਂ ਕਹੋਗੇ ਵੀ ਭਾਈ ਜਦੋਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਰਿਆ ਅਕਾਲੀ ਦਲ ਬਾਈਕਾਟ ਕੀਤਾ ਹੋਇਆ ਤੇ ਫਿਰ ਭਾਈ ਅਕਾਲੀ ਦਲ ਦੇ ਉਮੀਦਵਾਰ ਕਿਵੇਂ ਆ ਅਸਲ ਵਿੱਚ ਨਾ ਜਿਵੇਂ ਕਬੱਡੀ ਖਿਡਾਰੀ ਨਹੀਂ ਹੁੰਦੇ ਪੰਜਾਬ ਦੇ ਵੀ ਉਹਨਾਂ ਨੂੰ ਕਦੇ ਕੋਈ ਕਲੱਬ ਲੈ ਲੈਂਦੀ ਆ ਕਦੇ ਕੋਈ ਕਲੱਬ ਲੈ ਲੈਂਦੀ ਆ ਜਿਵੇਂ ਆ ਜਿਹੜੇ ਕ੍ਰਿਕਟ ਦੇ ਖਿਡਾਰੀ ਆ ਕਦੇ ਉਹ ਕਿਹੜੀ ਕਲੱਬ ਦੇ ਵੱਲੋਂ ਖੇਡਦੇ ਆ ਕਦੇ ਉਹ ਕਿਹੜੀ ਟੀਮ ਦੇ ਵੱਲੋਂ ਖੇਡਦੇ ਆ ਕਦੇ ਚਨਈ ਸੁਪਰ ਕਿੰਗ ਵੱਲੋਂ ਖੇਡ ਲੈ ਕਦੇ ਪੰਜਾਬ 11 ਦੇ ਵੱਲੋਂ ਖੇਡ ਲੈ ਇਵੇਂ ਐਤਕੀ ਅਕਾਲੀ ਦਲ ਦੇ ਵਕ ਵਕ ਬੰਦੇ ਵਕ ਵਕ ਪਾਰਟੀਆਂ ਦੇ ਵੱਲੋਂ ਖੇਡ ਰਹੇ ਆ ਐਤਕੀ ਉਹ ਹੋਰ ਥਾਵਾਂ ਤੇ ਪਹਿਲਵਾਨੀ ਗੇੜੇ ਕੱਢ ਰਹੇ ਆ ਅਕਾਲੀ ਦਲ ਚੋਣ ਮੈਦਾਨ ਦੇ ਵਿੱਚ ਨਹੀਂ ਆ ਪਰ ਇਹਨਾਂ ਦੇ 4 ਜਿਹੜੇ 5 ਨੇਤਾ ਜਿਹੜੇ ਅਕਾਲੀ ਦਲ ਦੇ ਉਹ ਚਾਰਾਂ ਸੀਟਾਂ ਦੇ ਉੱਤੇ ਲੱਗੇ ਹੋਏ ਜ਼ੋਰ ਅਜ਼ਮਾਈ ਕਰਨ। ਉਹਦੇ ਵਿੱਚ ਜਗਮੀਤ ਸਿੰਘ ਬਰਾੜ ਆ, ਇਹ ਵੀ ਕਿਸੇ ਵੇਲੇ ਅਕਾਲੀ ਹੁੰਦੇ ਸੀ ਐਤਕੀ ਗਿੱਦੜਵਾਹੇ ਤੋਂ ਉਹ ਆਜ਼ਾਦ ਚੋਣ ਲੜ ਰਹੇ ਆ। ਮਨਪ੍ਰੀਤ ਬਾਦਲ ਵੀ ਕਿਸੇ ਵੇਲੇ ਅਕਾਲੀ ਹੁੰਦੇ ਸੀ ਐਤਕੀ ਗਿੱਦੜਵਾਹੇ ਤੋਂ ਭਾਜਪਾ ਦੀ ਚੋਣ ਲੜ ਰਹੇ ਭਾਜਪਾ ਵੱਲੋਂ। ਡਿੰਪਿਟ ਲੋਕ ਅਕਾਲੀ ਹੁੰਦੇ ਸੀ ਉਹ ਐਤਕੀ ਆਮ ਆਦਮੀ ਪਾਰਟੀ ਵੱਲੋਂ ਗਿੱਦੜਵਾਹੇ ਤੋਂ ਚੋਣ ਲੜ ਰਹੇ ਆ। ਸੂਨ ਸਿੰਘ ਠੰਡਲ ਅਕਾਲੀ ਦਲ ਦੇ ਮੰਤਰੀ ਰਹੇ ਆ, ਉਹ ਚੱਬੇਵਾਲ ਤੋਂ ਭਾਜਪਾ ਦੇ ਮੀრਬਰ ਬਣੇ ਆ। ਰਵਿ ਗਿਰਨ ਸਿੰਘ ਕਾਲੂ ਨੇ ਜੜੇ ਉਹ ਵੀ ਕਿਸੇ ਵੇਲੇ ਅਕਾਲੀ ਦਲ ਦੇ ਸੀਨੀਅਰ ਨੇਤਾ ਆਂ ਦੇ ਵਿੱਚ ਇੱਕ ਹੁੰਦੇ ਸੀ ਪਰ ਉਹ ਵੀ ਭਾਜਪਾ ਦੇ ਵੱਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਹੇ ਆ ਸੋ ਭਾਜਪਾ ਦੇ ਵੱਲ ਅਕਾਲੀ ਦਲ ਦੇ ਲੋਕ ਵੱਧ ਗਏ ਆ ਤੇ ਕੁਝ ਕਾਮ ਆਦਮੀ ਪਾਰਟੀ ਵੱਲ ਤੁਰ ਗਏ ਆ ਤੇ ਕੁੱਲ ਮਿਲਾ ਕੇ ਗੱਲ ਪਾਈ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਤਕੀ ਅਕਾਲੀ ਦਲ ਦੇ ਆਗੂ ਹਾਜ਼ਰ ਆ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਆਗੂ ਇਤਕੀ ਵੱਖ-ਵੱਖ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਕੇ ਉਧਰਲੇ ਪਾਸੇ ਚੋਣ ਲੜ ਰਹੇ ਆ ਅਕਾਲੀ ਦਲ ਇਹਦੇ ਉੱਤੇ 당 ਹੋਊਗਾ ਅਕਾਲੀ ਦਲ ਇਹਦੇ ਉੱਤੇ ਹੈਰਾਨ ਹੋਊਗਾ ਪਰ ਅਕਾਲੀ ਦਲ ਦੇਹ ਵਿੱਚ ਨਹੀਂ ਝੋਣ ਲੜ ਰਹੇ ਅਕਾਲੀ ਦਲ ਦੇਹ ਬੰਦੇ ਝੋਣ ਲੜ ਰਹੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਕਿ ਅਕਾਲੀ ਦਲ ਦੇਹ ਬੰਦੇ ਜ਼ਰੂਰ ਝੋਣ ਲੜ ਰਹੇ ਨੇ ਉਧਰ ਸੁਮੇਤ ਸਿੰਘ ਸੈਣੀ ਕਹਿੰਦੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜੀ ਸੁਮੇਤ ਸੈਣੀ ਹੋਣਾ ਨੇ ਹਾਂ ਬਿਲਕੁਲ ਜੀ ਸੁਮੇਰ ਸਿੰਘ ਸੈਣੀ ਹੋਣਾ ਨੇ ਜਿਹੜੇ ਦਰਵਾਜ਼ਾ ਖੜਕਾਇਆ ਜੀ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਦਾ ਉਹਨਾਂ ਨੇ ਜਿਹੜਾ ਦਰਵਾਜ਼ਾ ਖੜਕਾਇਆ ਇਹ ਉਹਨਾਂ ਨੇ 30 ਸਾਲ ਪੁਰਾਣੀ ਇਸ ਕੇਸ ਦੇ ਮਾਮਲੇ ਦੇ ਵਿੱਚ ਖੜਕਾਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਮੇਰੇ ਨਾਲ ਜ਼ਿਆਦਤੀ ਕੀਤੀ ਜਾ ਰਹੀ ਹੈ। ਪੰਜਾਬ ਦੀ ਪੁਲਿਸ ਦਾ ਸਿਰਫ ਇੱਕੋ ਮਨੋਰਥ ਹੈ ਜੀ ਕਿ ਮੈਨੂੰ ਗ੍ਰਿਫਤਾਰ ਕਰਨਾ। ਉਹ ਕਹਿੰਦੇ ਵੀ ਇਸ ਤੋਂ ਇਲਾਵਾ ਇਹਨਾਂ ਦਾ ਕੋਈ ਹੋਰ ਮਕਸਦ ਹੈ ਨਹੀਂਗਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 30 ਸਾਲ ਪੁਰਾਣਾ ਕੇਸ ਆ ਜਿਹੜਾ ਉਹ ਹੁਣ ਦਰਜ ਕੀਤਾ ਗਿਆ। ਕਤਲ ਦਾ ਕੇਸ ਸੀਗਾ ਇਹੋ ਤੇ ਉਹ ਕਹਿੰਦੇ ਜੀ ਕਿ ਇਸ ਮਾਮਲੇ ਦੇ ਵਿੱਚ ਅਦਾਲਤਾਂ ਦੇ ਵੱਲੋਂ ਰਾਹਤ ਦਿੱਤੀ ਗਈ ਸੀ ਪਰ ਜਾਣਬੁੱਝ ਕੇ ਫੇਰ ਵੀ ਪੰਜਾਬ ਦੀ ਸਰਕਾਰ ਹੁਣ ਆਹ ਕੁਝ ਕਰਨ ਲੱਗੀ ਆ। ਸੋ ਇਸ ਮਾਮਲੇ ਦੇ ਉੱਤੇ ਪਤਾ ਲੱਗਾ ਜੀ ਹਾਈ ਕੋਰਟ ਦੇ ਵੱਲੋਂ ਤੇ ਪੰਜਾਬ ਦੀ ਸਰਕਾਰ ਦੇ ਕੋਲੋਂ ਤੇ ਪੰਜਾਬ ਦੀ ਪੁਲਿਸ ਦੇ ਕੋਲੋਂ ਉਤਰ ਮੰਗਿਆ ਗਿਆ ਤੇ 25 ਨਵੰਬਰ ਇਸ ਮਾਮਲੇ ਦੀ ਅਗਲੀ ਤਰੀਕ ਹੈਗੀ ਆ ਉਸ ਤਰੀਕ ਨੂੰ ਕੀ ਬਣਦਾ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਕੁੱਲ ਮਿਲਾ ਕੇ ਗੱਲ ਇਹ ਹੈ ਜੀ ਕਿ ਇਸ ਵੇਲੇ ਜੰਗੀ ਪੱਧਰ ਦੇ ਉੱਤੇ ਤੇ ਧ ਜਿਹੜੇ ਹੈਗੇ ਨੇ ਸੁਮੇਰ ਸਿੰਘ ਸੈਣੀ ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਵੀ ਭਾਈ ਆ ਦੇਖੋ ਜੀ ਆ ਇਉਂ ਹੋ ਗਿਆ ਇਹਨਾਂ ਨੇ ਬੀਤੇ ਦੇ ਵਿੱਚ ਇਉਂ ਕੀਤਾ ਬੀਤੇ ਦੇ ਵਿੱਚ ਬੜੇ ਪੁਲਿਸ ਅਧਿਕਾਰੀਆਂ ਨੇ ਬੜਾ ਕੁਝ ਕੀਤਾ ਇਹ ਗੱਲ ਸੱਚੀ ਆ ਇਹ ਗੱਲ ਝੂਠੀ ਨਹੀਂ ਆ ਪਰ ਹੁਣ ਸਾਰੇ ਇਹ ਗੱਲ ਕਹਿੰਦੇ ਕਿ ਮੈਂ ਤਾਂ ਕੁਝ ਨਹੀਂ ਕੀਤਾ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਆਪਾਂ ਕੱਲ ਵੀ ਸਾਡੇ ਵਾਲੇ ਰੇਡੀਓ ਦੇ ਉੱਪਰ ਇਹ ਖਬਰ ਸਾਂਝੀ ਕੀਤੀ ਸੀਗੀ ਕਿ ਭਗਵਾਨ ਸਿਮਨ ਹੋਰੀ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਇਸ ਤੋਂ ਬਾਅਦ ਦੇ ਵਿੱਚ ਕੋਈ ਹਲਚਲ ਕੋਈ ਬਿਆਨ ਕੋਈ ਅਪਡੇਟ ਸਾਹਮਣੇ ਆਈ ਹੈ ਜੀ ਨਹੀਂ ਜੀ ਹਾਲੇ ਤੱਕ ਤਾਂ ਨਹੀਂ ਆਈ ਪਰ ਇੰਨੀ ਕਿ ਜਾਣਕਾਰੀ ਜ਼ਰੂਰ ਮਿਲੀ ਹੈ ਜੀ ਕਿ ਆਮ ਆਦਮੀ ਪਾਰਟੀ ਇੱਕ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾਉਣ ਦੀ ਤਿਆਰੀ ਕਰ ਰਹੀ ਹੈ ਪੰਜਾਬ ਦੇ ਵਿੱਚ ਤੇ ਇਹ ਕੋਈ ਪੋਲੇ ਪੈਰੀ ਨਹੀਂ ਵੀ ਵੈਸੇ ਹੀ ਆਪਾਂ ਕਹਿ ਦਈਏ ਕਿ ਭਗਵੰਤ ਮਾਨ ਦੇ ਮਨ ਦੇ ਵਿੱਚ ਗੱਲ ਆਈ ਕਿ ਯਾਰ ਮੈਂ ਹੁਣ ਪ੍ਰਧਾਨਗੀ ਛੱਡ ਹੀ ਦਿੰਨਾ ਇਹ ਅਸਲ ਵਿੱਚ ਕਹਿਣ ਦੇ ਉੱਤੇ ਹੀ ਉਹ ਛੱਡਣੀ ਚਾਹੁੰਦੇ ਹੋਣੇ ਆ ਉਹ ਹੁਣ ਜੇ ਸਿੱਧੇ ਤੌਰ ਦੇ ਉੱਤੇ ਲਾ ਦਿੰਦੇ ਪ੍ਰਧਾਨ ਤਾਂ ਇਹਦੇ ਵਿੱਚ ਸੁਨੇਹਾ ਫੇਰ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਜਾਊਗਾ ਲੋ ਬਈ ਹੁਣ ਇਹਨੂੰ ਇਧਰਲੇ ਪਾਸੇ ਉਹ ਵੀ ਲਾਤਾ ਪਰ ਗੱਲ ਇਹ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹਦਾ ਆਪ ਹੀ ਬੇਸ ਬਣਾਇਆ ਕਿਉਂਕਿ ਭਵਿੱਖ ਦੇ ਵਿੱਚ ਗੱਲਾਂ ਕਵਰ ਵੀ ਕਰਨੀਆਂ ਪੈਣਗੀਆਂ ਕਿ ਭਾਈ ਮੈਂ 7 ਸਾਲ ਤੋਂ ਪ੍ਰਧਾਨ ਆ ਮੇਰੇ ਕੋਲੇ ਸਮੇਂ ਦੀ ਘਾਟ ਹੁੰਦੀ ਆ ਤੇ ਮੈਂ ਕਈ ਮਹਿਕਮੇ ਦਾ ਮੰਤਰੀ ਵੀ ਆ ਤੇ ਇਸ ਮਹਿਕਮੇ ਕਈ ਹੋਰ ਵੀ ਮੇਰੇ ਕੋਲੇ ਆ ਸੋ ਇਸ ਕਰਕੇ ਮੈਂ ਹੁਣ ਇਹ ਪ੍ਰਧਾਨਗੀ ਛੱਡਣੀ ਚਾਹੁੰਦਾ ਕਿਸੇ ਕਾਬਲ ਵਿਅਕਤੀ ਨੂੰ ਦਿੱਤੀ ਜਾਵੇ ਜਦ ਕਿ ਅੰਦਰ ਖਾਤੇ ਤਿਆਰੀਆਂ ਪਹਿਲਾਂ ਹੀ ਚੱਲ ਰਹੀਆਂ ਇੱਕ ਹਿੰਦੂ ਚਿਹਰੇ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਸੌਂਪੀ ਜਾ ਰਹੀ ਆ ਤੇ ਜਿਵੇਂ ਭਾਜਪਾ ਦੇ ਵਿੱਚ ਪ੍ਰਧਾਨ ਨਾਮ ਲੱਭਿਆ ਜਾ ਰਿਹਾ ਤੇ ਕਹਿੰਦੇ ਆ ਵੀ ਭਾਈ ਉਵੇਂ ਹੀ ਇਧਰਲੇ ਪਾਸੇ ਵੀ ਲੱਭਿਆ ਜਾ ਰਿਹਾ ਬੀਜੇਪੀ ਦੇ ਵਿੱਚ ਵੀ ਸਾਰਾ ਕੁਝ ਠੀਕ ਨਹੀਂ ਚੱਲਦਾ ਸੁਨੀਲ ਜਾਖੜ ਹੋਰੀ ਨਾਰਾਜ਼ ਚੱਲ ਰਹੇ ਆ ਸੁਨੀਲ ਜਾਖੜ ਦੀ ਥਾਂ ਦੇ ਉੱਤੇ ਬੀਜੇਪੀ ਨਵਾਂ ਪ੍ਰਧਾਨ ਲਾਉਣ ਲੱਗੀ ਆ ਉਹ ਵੀ ਲੱਭੀ ਜਾਂਦੇ ਵੀ ਭਾਈ ਸਾਨੂੰ ਕੌਣ ਤਾਰੂ ਸਾਨੂੰ ਕੌਣ ਸਾਡਾ ਬੇੜਾ ਬੰਨੇ ਕੌਣ ਲਾਉ ਉਹ ਵੀ ਇਸ ਗੱਲ ਦੀ ਭਾਲ ਦੇ ਵਿੱਚ ਹੈਗੇ ਆ ਜੀ ਜੀ ਬਿਲਕੁਲ ਸਹੀ ਪਟਨਾ ਸਾਹਿਬ ਸੁਨੀਲ ਜਾਖੜੋਰੀ ਤਾਂ ਬਿਲਕੁਲ ਚੁੱਪਚਾਪ ਨੇ ਬਿਲਕੁਲ ਸ਼ਾਂਤ ਨੇ ਕੋਈ ਬਿਆਨ ਨਹੀਂ ਹਾਂ ਪਿਛਲੇ ਦਿਨੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ ਉਦੋਂ ਉਹਨਾਂ ਦਾ ਸਵਾਗਤ ਕਰਨ ਲਈ ਉਹ ਜ਼ਰੂਰ ਪਹੁੰਚੇ ਸੀ ਪਰ ਉਸ ਤੋਂ ਇਲਾਵਾ ਕੋਈ ਬਿਆਨ ਨਹੀਂ ਕੋਈ ਗੱਲਬਾਤ ਨਹੀਂ ਉਹ ਤਾਂ ਬਿਲਕੁਲ ਚੁੱਪ ਹੋ ਗਏ ਜੀ ਦੇਖੋ ਜਿਹੜਾ ਸੂਝਵਾਨ ਬੰਦਾ ਹੋਊਗਾ ਨਾ ਉਹ ਰੌਲਾ ਪਾਏ ਤੋਂ ਬਿਨਾਂ ਹੀ ਆਪਦੀ ਗੱਲ ਕਹੂਗਾ ਹੁਣ ਉਹ ਮੰਨ ਲਓ ਮੀਡੀਆ ਦੇ ਮੂਹਰੇ ਆ ਕੇ ਰੌਲਾ ਪਾ ਰਣ ਕਿ ਮੈਂ ਨਹੀਂ ਖੁਸ਼ ਮੈਂ ਨਹੀਂ ਸੰਤੁਸ਼ਟ ਮੈਂ ਨਹੀਂ ਸੰਤੁਸ਼ਟ ਤੇ ਫਿਰ ਗੱਲ ਖਤਮ ਹੋ ਜੂਗੀ ਜੀ ਫਿਰ ਉਸ ਤੋਂ ਬਾਅਦ ਵੀ ਤਾਂ ਇਹੀ ਕੁਝ ਹੋਣਾ ਜਿਹੜਾ ਹੁਣ ਹੋਣ ਲੱਗਾ ਉਹ ਪ੍ਰਧਾਨਗੀ ਛੱਡ ਦੇਣਗੇ ਤੇ ਨਵਾਂ ਪ੍ਰਧਾਨ ਬਣਾ ਲੈਣਗੇ ਇਸ ਕਰਕੇ ਮੇਰਾ ਖਿਆਲ ਹੈ ਵੀ ਹਰ ਬੰਦੇ ਦਾ ਚੱਲਣ ਦਾ ਆਪਣਾ ਤਰੀਕਾ ਹੁੰਦਾ ਆਪਣਾ ਇੱਕ ਲਹਿਜਾ ਹੁੰਦਾ ਉਹਨਾਂ ਦੇ ਲਹਿਜੇ ਦੇ ਵਿੱਚ ਇਹ ਗੱਲ ਸ਼ਾਮਲ ਆਵੇ ਭਾਈ ਚੁੱਪ ਰਹਿਓ ਰੋਲਾ ਪਾਉਣ ਦੀ ਖਲਾਰਾ ਪਾਉਣ ਦੀ ਲੋੜ ਕੀ ਆ ਤੇ ਨਾਲੇ ਫਿਰ ਮਿੱਟੀ ਆਪਦੀ ਪੱਟੀ ਜਾਂਦੀ ਹੈ ਨਾ ਫਿਰ ਕਾਂਗਰਸ ਨੇ ਇਹ ਗੱਲ ਕਹਿਣੀ ਆ ਵੀ ਬੜੇ ਚਮਲ ਕੇ ਗਏ ਸੀਗੇ ਵੀ ਭਾਈ ਮੈਂ ਬੀਜੇਪੀ ਦੇ ਵਿੱਚ ਆ ਦੇਖੋ ਹੁਣ ਪ੍ਰਧਾਨਗੀ ਤੋਂ ਭੱਜੇ ਫਿਰਦੇ ਆ ਨਾ ਵੀ ਪ੍ਰਧਾਨਗੀ ਮੈਂ ਨਹੀਂ ਕਰਨੀਗੀ ਥੋਡੀ ਥਾਂ ਤੇ ਹੋਰ ਲਾਤੇ ਨਾ ਫਿਰ ਆ ਗੱਲਾਂ ਚੱਲਣੀਆਂ ਜਿਵੇਂ ਕਿ ਕੈਪਟਨ ਮਰਿੰਦਰ ਸਿੰਘ ਆ ਉਹ ਹੁਣ ਜਦੋਂ ਅਚਾਨਕ ਦਿਸੇ ਤੱਕ ਕਿੰਨਾਂ ਕਿਹੜੀਆਂ ਚਰਚਾਵਾਂ ਚੱਲੀਆਂ ਉਹਨਾਂ ਨੇ ਜਦੋਂ ਜਾਹੇ ਕਿਸਾਨਾਂ ਦੀ ਗੱਲ ਕੀਤੀ ਖੰਨੇਰੀ ਦਾਣਾ ਮੰਡੀ ਦੇ ਵਿੱਚ ਤੱਕ ਕਿੰਨੇ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋਇਆ ਸੋ ਇਹ ਅੱਜ ਕਿ ਕਈ ਨੇਤਾ ਨਹੀਂ ਖਬਰ ਨੂੰ ਜਨਮ ਦੇਣਾ ਚਾਹੁੰਦੇ ਉਹ ਚੁੱਪਚੀਪੀਤੇ ਆਪਦੀ ਕਾਰਵਾਈ ਕਰਨੀ ਚਾਹੁੰਦੇ ਆਪਦੀ ਗੱਲ ਕਰਨੀ ਚਾਹੁੰਦੇ ਆ ਕਿਸੇ ਨੂੰ ਖਬਰਾਂ ਦਾ ਲਾਲਚ ਕਿਸੇ ਨੂੰ ਖਬਰ ਦਾ ਕੋਈ ਲਾਲਚ ਵੀ ਨਹੀਂ ਹੈ ਜੀ ਜੀ ਬਿਲਕੁਲ ਸਹੀ ਟਣਾ ਸਾਹਿਬ ਉੱਧਰ ਪ੍ਰਨੀਤਖੌਰ ਹੋਰਾਂ ਦੇ ਵੱਲੋਂ ਕਹਿੰਦੇ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜੀ ਕਿਉਂ ਅਸਲ ਵਿੱਚ ਨਾ ਜੀ ਪਿੰਡ ਹੈਗਾ ਜੀ ਖੁੱਡਾ ਪਟਿਆਲਾ ਦੇ ਵਿੱਚ ਇੱਕ ਪਿੰਡ ਦਾ ਨਾਂ ਖੁੱਡਾ ਇਸ ਪਿੰਡ ਦੇ ਵਿੱਚ ਤੇ ਪੰਚਾਇਤੀ ਚੋਣਾਂ ਦੇ ਮੌਕੇ ਗੋਲੀ ਚੱਲੀ ਸੀ ਤੇ ਇੱਕ ਜਣਾ ਜ਼ਖਮੀ ਹੋਇਆ ਸੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਤੇ ਪਤਾ ਲੱਗਾ ਜੀ ਕਿ ਉਹਨਾਂ ਦੇ ਉੱਤੇ ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਸੋ ਇਸ ਕਰਕੇ ਬੀਜੇਪੀ ਦੀ ਜਿਹੜੀ ਪੰਜਾਬ ਦੀ ਇਕਾਈ ਆ ਪੁਲਿਸ ਦੇ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਨਿਰਾਸ਼ ਆ ਤੇ ਉਹਨਾਂ ਦੇ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਜੀ ਕਿ ਜਲਦ ਤੋਂ ਜਲਦ ਇਸ ਮਸਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਬੀਬੀ ਪਰਨੀਤ कौर ਜਿਹੜੇ ਕਿ ਸਾਬਕਾ ਸੰਸਦ ਮੈਂਬਰ ਨੇ ਤੇ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਹੁਣ ਉੱਥੇ ਜਾ ਕੇ ਪੁਲਿਸ ਲਾਈਨ ਦੇ ਮੂਹਰੇ ਧਰਨਾ ਸ਼ੁਰੂ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਕਿ ਜਿੰਨੀ ਦੇਰ ਤੱਕ ਤੁਸੀਂ ਇਸ ਮਸਲੇ ਦੇ ਉੱਤੇ ਸੁਣਵਾਈ ਨਹੀਂ ਕਰਦੇ ਜਿੰਨੀ ਦੇਰ ਤੱਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਅਸੀਂ ਓਨੀ ਦੇਰ ਤੱਕ ਇੱਥੋਂ ਉੱਠਣਾ ਨਹੀਂ। ਅਸੀਂ ਜਾਣਾ ਨਹੀਂ ਭੋਖੜਤਾਲ ਉਹਨੇ ਸ਼ੁਰੂ ਕਰਤੀ ਹੈ। ਉਧਰ ਬੀਜੇਪੀ ਦੀ ਔਰਤ ਇਕਾਈ ਦੀਆਂ ਹੋਰ ਮੈਂਬਰਾਂ ਜਿਹੜੀਆਂ ਉਹਨਾਂ ਨੇ ਕੱਲ ਪਟਿਆਲੇ ਦੀ ਪਟਿਆਲੇ ਦੇ ਐਸਐਸਪੀ ਦਫ਼ਤਰ ਦੇ ਮੂਹਰੇ ਬੈਠ ਕੇ ਘਰਾਓ ਕੀਤਾ ਹੈਗਾ ਉਹਨਾਂ ਨੇ ਉੱਥੇ ਧਰਨਾ ਲਾਇਆ ਸੋ ਪੰਚਾਇਤੀ ਚੋਣਾਂ ਦੇ ਵਿੱਚ ਜੋ ਜੋ ਕੁਝ ਹੋਇਆ ਉਹਦੇ ਬਾਰੇ ਆਪਾਂ ਜਾਣਦੇ ਆ ਉਹ ਜੋ ਜੋ ਕੁਝ ਹੋਇਆ ਉਹਨਾਂ ਦੇ ਵਿੱਚੋਂ ਇੱਕ ਖਬਰ ਹੈ ਜਿਹੜੀ ਖੁੱਡਾ ਪਿੰਡ ਦੇ ਵਿੱਚੋਂ ਸੀ ਤੇ ਖੁੱਡਾ ਪਿੰਡ ਦੇ ਵਿੱਚ ਜੋ ਕੁਝ ਵਾਪਰਿਆ ਤੇ ਉਹਦੇ ਰੂਪ ਦੇ ਵਿੱਚ ਉਹਦੇ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਵੇਨੇ ਭਾਈ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਆ ਪੁਲਿਸ ਕਿਹੋ ਜਿਹਾ ਇਨਸਾਫ ਦਿੰਦੀ ਆ ਪਰ ਉਹ ਕਹਿੰਦੇ ਜੀ ਅਸੀਂ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਇਥੋਂ ਜਾਣਾ ਨਹੀਂ ਜੀ ਜੀ ਤੇਣਾ ਸਾਹਿਬ ਇੱਕ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਜੀ ਕਹਿੰਦੇ ਕਿ ਤਿੰਨ ਪੁੱਤਾਂ ਦੀ ਮੌਤ ਦੇ ਪਿੱਛੋਂ ਮਾਂ ਦੀ ਵੀ ਮੌਤ ਹੋ ਗਈ ਹੈ ਜੀ ਇਹ ਕਿੱਥੋਂ ਦੀ ਖਬਰ ਹੈ ਇਹਦੀ ਕੋਟੜਾ ਲਹਿਲ ਪਿੰਡ ਦਾ ਨਾਂ ਹੈਗਾ ਜੀ ਲਹਿਰਾ ਕਾਗਾ ਦੇ ਵਿੱਚ ਪਿੰਡ ਹੈ ਕੋਟੜਾ ਲਹਿਲ ਇਸ ਪਿੰਡ ਦੇ ਵਿੱਚ ਮਨਦੀਪ ਕੌਰ ਨਾਂ ਦੀ ਇੱਕ ਕੁੜੀ ਹੈ ਜਿਹਦੀ ਉਮਰ 24-25 ਸਾਲ ਉਸ ਕੁੜੀ ਨੇ ਹਸਪਤਾਲ ਦੇ ਵਿੱਚ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਤਿੰਨੇ ਮੁੰਡੇ ਤਿੰਨੇ ਪੁੱਤਾਂ ਜਦੋਂ ਉਹਦੇ ਪੇਟ ਦੇ ਵਿੱਚੋਂ ਦੋ ਬਾਾਰ ਆਏ ਤਾਂ ਉਹ ਮੌਤ ਹੋਈ ਹੋਈ ਸੀ ਉਹਨਾਂ ਬੱਚਿਆਂ ਦੀ ਦੋਵੇਂ ਬੱਚੇ ਨਹੀਂ ਸੀਗੇ ਪੂਰੇ ਹੋ ਗਏ ਸੀ ਕੁਝ ਕੁ ਮਿੰਟਾਂ ਬਾਅਦ ਤੀਜੇ ਬੱਚੇ ਨੇ ਵੀ ਦਮ ਤੋੜਤਾ ਯਾਨੀ ਕਿ ਤਿੰਨਾਂ ਪੁੱਤਾਂ ਦੀ ਮੌਤ ਹੋ ਗਈ ਤੇ ਜਦੋਂ ਮਾਂ ਨੂੰ ਪਤਾ ਲੱਗਾ ਇਹ ਸਾਰੀ ਗੱਲ ਦਾ ਤੇ ਕੁਝ ਕੁ ਘੰਟਿਆਂ ਦੇ ਵਿੱਚ ਹੀ ਸਦਮੇ ਦੇ ਵਿੱਚ ਮਨਦੀਪ ਕੌਰ ਨੇ ਵੀ ਦਮ ਤੋੜਤਾ ਮਤਲਬ ਇਹ ਜੀ ਕਿ ਤਿੰਨ ਪੁੱਤਾਂ ਦੀ ਮੌਤ ਤੋਂ ਬਾਅਦ ਮਾਂ ਦੀ ਵੀ ਸਦਮੇ ਦੇ ਵਿੱਚ ਜਾਨ ਨਿਕਲ ਗਈ ਆ ਤੇ ਪੂਰੇ ਪਿੰਡ ਦੇ ਵਿੱਚ ਹੀ ਨਹੀਂ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫਸਰੀ ਹੈ ਜੀ ਜੀ ਡਟਾਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਇਸ ਵੇਲੇ ਦੇਖੋ ਪੰਜਾਬ ਦੇ ਵਿੱਚ ਮੌਸਮਾਂ ਜਿਹੜਾ ਜੀ ਉਹ ਇਸ ਵੇਲੇ ਵਧੀਆ ਪੰਜਾਬ ਦੇ ਵਿੱਚ ਇਸ ਵੇਲੇ ਮੌਸਮ ਆ ਜਿਹੜਾ ਉਹ ਦਿਨ ਦੇ ਵੇਲੇ ਜਿਹੜਾ ਉਹ ਤਪਸ਼ ਥੋੜੀ ਜਿਹੀ ਘਟੀ ਹੋਈ ਆ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਮੌਸਮ ਆ ਉਹ ਰਾਤ ਦੇ ਵੇਲੇ ਕਾਫੀ ਬਦਲ ਰਿਹਾ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਜਿਹੜੀ ਆ ਉਹ ਮੀਂਹ ਕੜੀ ਦੀ ਸੰਭਾਵਨਾ ਕੋਈ ਨਹੀਂ ਝੱਖੜ ਝੁਲਾ ਬਿਲਕੁਲ ਵੀ ਨਹੀਂ ਆ ਪੰਜਾਬ ਦੇ ਵਿੱਚ ਕੋਈ ਮੀਂਹ ਕਣੀ ਹਨੇਰੀ ਦੀ ਸੰਭਾਵਨਾ ਹੈ ਨਹੀਂਗੀ ਪਰ ਹਾਂ ਇਹ ਗੱਲ ਜ਼ਰੂਰ ਆ ਕਿ ਜੇ ਪੰਜਾਬ ਦੇ ਵਿੱਚ ਮੀਂਹ ਕਣੀ ਆ ਜਾਂਦੀ ਆ ਤਾਂ ਮੰਡੀਆਂ ਦੇ ਵਿੱਚ ਝੋਨੇ ਦੇ ਢੇਰ ਜਿਹੜੇ ਪਏ ਆ ਉਹਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਸਕਦਾ ਪਰ ਫਿਲਹਾਲ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ 1 ਪੈਸਾ ਵੀ ਨਹੀਂ ਆ ਪੰਜਾਬ ਦੇ ਵਿੱਚ ਕੋਈ ਇਹੋ ਜੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਬਾਕੀ ਦੇਖਦੇ ਆ ਆਉਂਦੇ ਮਿੰਟਾਂ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਕੀ ਬਣਦਾ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਵੈਸੇ ਲਿਫਟਿੰਗ ਦਾ ਕੰਮ ਕਈ ਥਾਵਾਂ ਤੇ ਸ਼ੁਰੂ ਹੋਇਆ ਜਾਂ ਫਿਰ ਨਹੀਂ ਨਹੀਂ ਹੋਇਆ ਜੀ ਹੋਇਆ ਅੱਗੇ ਨਾਲੋਂ ਫਰਕ ਆ ਕਿਉਂਕਿ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਵੱਲੋਂ ਵੀ ਪਤਾ ਲੱਗਾ ਜੀ ਕਿ ਹੁਣ ਕਈ ਥਾਵਾਂ ਤੋਂ ਧਰਨੇ ਚੱਕ ਲੈ ਗਏ ਆ ਜਿਹੜੀ ਪੰਦੇਰ ਹੋਰਾਣੀ ਜਥੇਬੰਦੀ ਆ ਹੋਰ ਜਥੇਬੰਦੀਆਂ ਕਿਉਂਕਿ ਉਹਨਾਂ ਦੀ ਜਿਹੜੇ ਕਟਾਰੂ ਚੱਕ ਹੋ ਰਹੀ ਤੇ ਜਿਹੜੇ ਕਿਨੇ ਉਧਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨਾਲ ਮੀਟਿੰਗ ਹੋਈ ਸੀ ਕਈ ਮੰਗਾਂ ਦੇ ਉੱਤੇ ਸਹਿਮਤੀ ਬਣੀ ਹੈ ਇਸ ਕਰਕੇ ਉਹਨਾਂ ਨੇ ਹਾਈਵੇ ਤੋਂ ਆਪਣੇ ਧਰਨੇ ਚੱਕ ਲਏ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ